ਫਾਟ ਕਰਦਾ ਹਾਂ ਵੀਰਾਂ ਦੇ ਪਿਆਰ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੀ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਪੀਐਸਸੀ ਪੀਸੀਐਲ ਭਰਤੀ ਨੂੰ ਲੈ ਕੇ ਤਾਜ਼ਾ ਅਪਡੇਟ ਹੈ ਜੀ ਜਿਹੜਾ ਕਿ ਪੀਐਸ ਪੀਸੀਐਲ ਦੇ ਬਾਰੇ ਵਿੱਚ ਆ ਚੁੱਕਾ ਹੈ ਸੋ ਇਸ ਦੇ ਲਈ ਕੀ ਕੀ ਅਪਡੇਟ ਆਇਆ ਹੈ ਮੈਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ 'ਚ ਦੱਸਾਂਗਾ ਜੋ ਕਿ ਕਲਰਕ ਜੂਨੀਅਰ ਇੰਜੀਨੀਅਰ ਲਾਈਨਮੈਨ ਦੀਆਂ ਭਰਤੀਆਂ ਦੇ ਬਾਰੇ ਵਿੱਚ ਆਇਆ ਹੋਇਆ ਹੈ ਜੀ ਸੋ ਇਸ ਦੇ ਲਈ ਕੀ ਅਪਡੇਟ ਹੈ ਨਵਾਂ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੀ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਵੇਖਿਓ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਜਿਸ ਦੇ ਨਾਲ ਹਰ ਇੱਕ ਰਿਕਰੂਟਮੈਂਟ ਅਪਡੇਟ ਇਹ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਲੇਕਿਨ ਸਾਰੀ ਜਾਣਕਾਰੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਲੈ ਸਕਦੇ ਹੋ ਜਿਹੜੀ ਅਲੱਗ-ਅਲੱਗ ਵੈਕੈਂਸੀਆਂ ਆਈਆਂ ਹੋਈਆਂ ਪੰਜਾਬ ਦੇ ਲਈ ਸੋ ਇਹਦੇ ਵਿੱਚ ਅਸੀਂ ਆਪਣੇ ਚੈਨਲ ਤੇ ਹਰ ਇੱਕ ਤਰ੍ਹਾਂ ਦੇ ਨਵੇਂ-ਨਵੇਂ ਅਪਡੇਟ ਜਿਹੜੇ ਦੀ ਇਨਫੋਰਮੇਸ਼ਨ ਅਪਡੇਟ ਕਰਦੇ ਰਹਿੰਨੇ ਚਾਹੇ ਕੋਈ ਪ੍ਰਾਈਵੇਟ ਡੌਂਕਰੀ ਦੇ ਬਾਰੇ ਵਿੱਚ ਹੋਵੇ ਸਰਕਾਰੀ ਨੌਕਰੀ ਦੇ ਬਾਰੇ ਵਿੱਚ ਹੋਵੇ ਜਾਂ ਫਿਰ ਕਿਸੇ ਤਰ੍ਹਾਂ ਦੇ ਸੈਮੀ ਗਵਰਨਮੈਂਟ ਦੇ ਜਿਹੜੇ ਨੇ ਜਿਹੜੇ ਨੋਟੀਫਿਕੇਸ਼ਨ ਆਊਟ ਹੁੰਦੇ ਨੇ ਉਹਨਾਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਚੈਨਲ ਨੂੰ ਜਰੂਰ ਸਪੋਰਟ ਕਰਿਓ ਜੀ ਤੇ ਸ਼ੇਅਰ ਵੀ ਵੀਡੀਓ ਆਪਣੇ ਦੋਸਤਾਂ ਯਾਰਾਂ ਬੇਲੀਆਂ 'ਚ ਜਰੂਰ ਕਰ ਦਿਓ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਆਫੀਸ਼ੀਅਲ ਅਪਡੇਟ ਤੇ ਤੇ ਉੱਥੋਂ ਸਾਰੀ ਜਾਣਕਾਰੀ ਦਿੰਨਾ ਹੈ ਜੀ ਇਹ ਤੁਸੀਂ ਦੇਖ ਪਾ ਰਹੇ ਹੋ ਜੀ ਪੀਐਸਪੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਾਰੇ ਵਿੱਚ ਮੁੱਖ ਇੰਜੀਨੀਅਰ ਐਚਆਰਡੀ पीएसपीसीएल पटेला ਵੱਲੋਂ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ ਜੀ ਜੋ ਕਿ ਵਿਸ਼ਾ ਚਰਚਿਤ ਵਿਗਿਆਪਨ ਵੱਖ-ਵੱਖ ਸਾਮੀਆਂ ਜਿਹੜੀਆਂ ਆਈਆਂ ਸੀਗੀਆਂ ਜਿਹੜੀਆਂ ਕਿ ਆਨਲਾਈਨ ਪ੍ਰੀਖਿਆ ਦੀ ਸ਼ਡਿਊਲਿੰਗ ਜਿਹੜੀ ਹੈ ਜੀ ਉਹ ਸਟਾਰਟ ਹੋ ਚੁੱਕੀ ਹੈ ਇਸ ਦੇ ਰਿਲੇਟਡ ਜਿਹੜੇ ਕਲਰਕ ਠੀਕ ਹੈ ਜੀ ਮਾਲ लेखाकार ਅਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਤੇ ਕਲਰਕ ਦੀਆਂ ਜਿਹੜੀਆਂ ਵੈਕੈਂਸੀ ਸੀਗਾ ਜਾਂ ਲਾਈਨਮੈਨ ਦੀਆਂ ਵੈਕੈਂਸੀ ਸੀਗਾ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਸਬਸਟੇਸ਼ਨ ਅਟੈਂਡੈਂਟ ਦੇ ਲਈ ਉਹ ਵੈਕੈਂਸੀਆਂ ਦੇ ਜਿਹੜਾ ਰਿਟਨ ਟੈਸਟ ਹੈ ਜੀ ਉਹਦੇ ਰਿਲੇਟਿਡ ਸ਼ੈਡਿਊਲਿੰਗ ਜਿਹੜੀ ਹੈ ਉਹਨਾਂ ਨੇ ਆਊਟ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇੱਕ ਕਲਰਕ ਦੀਆਂ ਭਰਤੀਆਂ ਲਈ ਸ਼ਿਫਟ 1 ਸ਼ਿਫਟ 2 ਸ਼ਿਫਟ 3 ਜਿਹੜੀਆਂ ਜੀ ਤਿੰਨ ਸ਼ਿਫਟਾਂ ਦੇ ਵਿੱਚ ਪੇਪਰ ਜਿਹੜੇ ਨੇ ਹੁਲਤੇ ਜਾਣਗੇ ਜੋ ਕਿ ਸਵੇਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੇਟ 7 ਵਜੇ ਤੇ ਸ਼ੁਰੂ ਹੋਏਗਾ ਰਿਪੋਰਟ ਕਰਨ ਦਾ ਟਾਈਮ ਤੇ ਫਿਰ 12:30 ਤੋਂ ਲੈ ਕੇ 2:30 ਵਜੇ ਤੱਕ ਹੋਏਗਾ 4:30 ਤੋਂ ਲੈ ਕੇ 6:30 ਵਜੇ ਤੱਕ ਹੈ ਜੀ ਸੋ ਇਸ ਦੇ ਵਿੱਚ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣ ਦਾ ਟਾਈਮ ਇਹ ਹੈ ਕਿ ਤੁਸੀਂ ਜਿਹੜਾ ਗੇਟ ਹੈ ਜੀ ਉਹ ਬੰਦ ਕਰ ਦਿੱਤਾ ਜਾਏਗਾ ਤੁਸੀਂ ਪਿਛਲੇ ਕੁਝ ਪੇਪਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਕੁਝ ਜਿਹੜੇ ਕੈਂਡੀਡੇਟ ਸੀਗੇ ਜੇਕਰ ਉਹ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਸੀ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਮਿਲਦੀ ਸੀ ਸੋ ਤੁਹਾਨੂੰ ਮੈਂ ਰਿਕਵੈਸਟ ਕਰਾਂਗਾ ਜਿਨ੍ਹਾਂ ਨੇ ਇਹਦੇ ਲਈ ਅਪਲਾਈ ਕੀਤਾ ਹੈ ਉਹ ਪਹਿਲਾਂ ਹੀ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਜਿਹੜਾ ਹੈ ਜੀ ਪਹਿਲਾਂ ਹੀ ਪਹੁੰਚ ਜਾਣ ਤਾਂ ਕਿ ਉਸ ਟਾਈਮ ਤੇ ਅਗਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਵੀ ਤਾਂ ਤੁਸੀਂ ਉਹਨੂੰ ਔਨ ਦਾ ਸਪੌਟ ਸੋਲਵ ਕਰਨ ਦੇ ਸਕੋ ਔਰ ਤੁਹਾਡੇ ਕੋਲ ਉਹਦਾ ਟਾਈਮ ਵੀ ਹੋਵੇ ਕਿਉਂਕਿ ਮੇਨ ਪ੍ਰੋਬਲਮ ਇਹੀ ਆ ਰਹੀ ਹੈ ਜੀ ਪੇਪਰਸ ਦੇ ਵਿੱਚ ਸਾਰੇ ਕੈਂਡੀਡੇਟ ਨੂੰ ਕਿਉਂ ਜਦੋਂ ਵੀ ਜਾਂਦੇ ਨੇ ਜਾਂ ਤਾਂ ਗੇਟ ਬੰਦ ਹੋ ਜਾਂਦਾ ਹੈ ਜਾਂ ਉਹ ਟਾਈਮ ਸਰ ਨਹੀਂ ਪਹੁੰਚ ਪਾਉਂਦੇ ਕਿਉਂਕਿ ਉਹ ਔਨ ਦਾ ਸਪੌਟ ਸਾਰੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਲੈਟਸ ਅਪੋਜ਼ ਹਲੇ ਇਹਨਾਂ ਦੇ ਰਿਲੇਟਿਡ ਉਹਨਾਂ ਨੇ ਨੀਚੇ ਵੀ ਅਪਡੇਟ ਦਿੱਤਾ ਹੋਇਆ ਹੈ ਕਿ ਜਲਦੀ ਹੀ ਈ ਐਟ ਐਡਮਿਟ ਕਾਰਡ ਰੋਲ ਨੰਬਰ ਪ੍ਰੀਖਿਆ ਕੇਂਦਰ ਦੇ ਨਾਮ ਦਰਸਾਏ ਬਿਨਾ ਉਮੀਦਵਾਰ ਨੂੰ ਉਹਨਾਂ ਦੇ ਰਜਿਸਟਰਡ ਈਮੇਲ ਆਈਡੀ ਜਿਹੜੀ ਤੁਸੀਂ ਰਜਿਸਟਰਡ ਈਮੇਲ ਆਈਡੀ ਹੈ ਨਾ ਉੱਥੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਪੀਐਸਪੀਸੀਐਲ ਦੀ ਵੈਬਸਾਈਟ ਤੇ ਵੀ ਅਪਡੇਟ ਕਰ ਦਿੱਤੇ ਜਾਣਗੇ ਤੁਸੀਂ ਉੱਥੋਂ ਵੀ ਡਾਊਨਲੋਡ ਕਰ ਪਾਓਗੇ ਸੋ ਇਸ ਦੇ ਵਿੱਚ ਜਿਹੜਾ ਹੈ ਜੀ ਤਦ ਕੈਡ ਰੇਡਰੋ ਨੰਬਰ ਨੇ ਪ੍ਰੀਖਿਆ ਕੇਂਦਰ ਜਿਹੜੇ ਨੇ ਹੁਣ ਪ੍ਰੀਖਿਆ ਮਿਤੀ 72 ਘੰਟੇ ਪਹਿਲਾਂ ਉਹਨਾਂ ਦੇ ਰਜਿਸਟਰਡ ਈਮੇਲ ਆਈਡੀ ਤੇ ਆਏਗੀ ਸੋ ਤੁਹਾਡੀ ਜਿਹੜੀ ਰਜਿਸਟਰਡ ਈਮੇਲ ਆਈਡੀ ਤੁਸੀਂ ਦਿੱਤੀ ਹੈ ਸਹੀ ਦਿੱਤੀ ਹੋਏਗੀ ਤਾਂ ਹੀ ਉਹ ਤੁਹਾਡੇ ਕੋਲ ਜਿਹੜੇ ਨੇ ਉਹ ਆ ਸਕਣਗੇ ਕਿ ਜਿਹਦੇ ਵਿੱਚ ਤੁਹਾਡਾ ਜਿਹੜਾ ਐਡਮਿਟ ਕਾਰਡ ਆਏਗਾ ਜਾਂ ਔਰ ਇਸ ਦੇ ਵਿੱਚ ਜਿਹੜਾ ਪ੍ਰੀਖਿਆ ਕੇਂਦਰ ਹੋਏਗਾ ਉਹ ਤੁਹਾਨੂੰ 72 ਘੰਟੇ ਪਹਿਲਾਂ ਹੀ ਪਤਾ ਲੱਗੇਗਾ ਸੋ ਤੁਸੀਂ ਉਹਦੇ ਲਈ ਔਨ ਦਾ ਸਪੌਟ ਤਿਆਰੀ ਕਰਨੀ ਹੈ ਜੀ ਕਿੱਥੋਂ ਤੱਕ ਤੁਸੀਂ ਜਾ ਸਕਦੇ ਹੋ ਮੈਂ ਕੋ ਕਹਾਂਗਾ ਕੋਸ਼ਿਸ਼ ਕਰੋ ਕਿ ਸਵੇਰੇ-ਸਵੇਰੇ ਪਹੁੰਚਣ ਦੀ ਬਜਾਏ ਉੱਥੇ ਤੁਸੀਂ ਜਿਹੜਾ ਹੈ ਜੀ ਕੀ ਤਾਂ ਉਹਨੂੰ ਜਿਹੜੀ ਦਿੱਕਤ ਹੈ ਕਿਸੇ ਤਰ੍ਹਾਂ ਦੀ ਨਾ ਆਵੇ ਔਰ ਤੁਸੀਂ ਆਪਣੀ ਐਡਜਸਟਮੈਂਟ ਜਿਹੜੀ ਹੈ ਜੀ ਕਰ ਸਕੋ ਪੇਪਰ ਤਾਂ ਸਿਰਫ ਤੁਹਾਡਾ ਤੋਂ ਅਗਰ ਤੁਸੀਂ ਦੇਖੋਗੇ ਤਾਂ 2.5 ਘੰਟੇ ਦਾ ਪੇਪਰ ਹੈ ਉਹਦੇ ਲਈ ਵੀ ਤੁਹਾਨੂੰ ਜਿਹੜਾ ਹੈ ਜੀ ਪਹਿਲਾਂ ਹੀ ਪਹੁੰਚਣਾ ਪਏਗਾ ਗੇਟ ਬੰਦ ਹੋਣ ਦੀ ਪ੍ਰੋਬਲਮ ਸਮੱਸਿਆ ਤੋਂ ਤੁਸੀਂ ਦੂਰ ਹੋ ਜਾਵੋਗੇ ਸੋ ਬਾਕੀ ਇਹਨਾਂ ਦੀ ਵੈਬਸਾਈਟ ਤੇ ਅਪਡੇਟ ਕਰ ਦੇਣਗੇ ਜੀ ਜਦੋਂ ਵੀ ਐਡਮਿਟ ਕਾਰਡ ਜਿਹੜੇ ਨੇ ਉਹ ਰਿਲੀਜ਼ ਕਰਨਗੇ 72 ਘੰਟੇ ਪਹਿਲਾਂ ਜਿਹੜਾ ਤੁਹਾਨੂੰ ਆਏਗਾ ਉਹਦੇ ਵਿੱਚ ਐਡਰੈਸ ਲਿਖਿਆ ਹੋਏਗਾ ਤੇ ਪਹਿਲੇ ਜਿਹੜੇ ਹੋਣਗੇ ਜਿਹੜੇ ਤੁਹਾਡੇ ਐਡਮਿਟ ਕਾਰਡ ਤੇ ਰੋਲ ਨੰਬਰ ਹੈ ਉਹਦੇ ਤੁਹਾਡਾ ਪ੍ਰੀਖਿਆ ਦਾ ਕੇਂਦਰ ਕਿਉਂਕਿ ਸਿਰਫ ਸਿਰਫ 72 ਘੰਟੇ ਪਹਿਲੇ ਤੁਹਾਨੂੰ ਪਤਾ ਲੱਗੇਗਾ ਕਿੱਥੇ ਕਿੱਥੇ ਸੈਂਟਰ ਬਣਨੇ ਨੇ ਕਿ ਤੁਸੀਂ ਜਿਹੜਾ ਜੀ ਆਪਣਾ ਰੋਲ ਨੰਬਰ ਤੇ ਐਡਮਿਟ ਕਾਰਡ ਤੇ ਡਾਊਨਲੋਡ ਕਰ ਪਾਉਂਗੇ ਲੇਕਿਨ ਸਾਨੂੰ ਜਗਾ ਜਿਹੜੀ ਹੈ ਜੀ ਉਹ 72 ਘੰਟੇ ਪਹਿਲੇ ਪਤਾ ਲੱਗੇਗੀ ਸੋ ਤੁਸੀਂ ਜ਼ਰੂਰ ਇਹਦੇ ਲਈ ਆਪਣੀ ਤਿਆਰੀ ਪੱਕੀ ਕਰ ਲਵੋ ਨਵੰਬਰ ਦੇ ਵਿੱਚ ਪੇਪਰ ਨੇ ਜਿੰਨਾ ਜਿੰਨਾ ਕੈਂਡੀਡੇਟ ਨੇ ਅਪਲਾਈ ਕੀਤਾ ਹੈ ਜੀ ਜ਼ਰੂਰ ਇਹਦੇ ਲਈ ਜਾ ਕੇ ਪੇਪਰ ਦੇਣਾ ਸੋ ਸਾਡੇ ਵੱਲੋਂ ਬੈਸਟ ਆਫ ਲੱਕਸ ਆਰਿਆ ਨੂੰ ਸੋ ਇਹ ਸੀਗਾ ਜੀ ਅੱਜ ਦਾ ਅਪਡੇਟ ਜਿਹੜਾ ਕਿ ਪੀਐਸਪੀਸੀਐਲ ਦੇ ਬਾਰੇ ਵਿੱਚ ਆਇਆ ਹੈ ਤੇ